ਮਾਰਿਆ, ਬਹੁਤ ਮਾਰਿਆ ਲੈ ਮੇਰੇ ਪਾਪਾ ਨੂੰ ਤੇ ਇੱਥੇ ਹੀ ਚੱਲ ਮੇਰੇ ਆ ਬੰਦੇ ਬਹੁਤ ਮਾਰਿਆ ਮੇਰੇ ਪਾਪਾ ਨੂੰ। ਆ ਗਲੀ ਦੇ ਵਿੱਚ ਦੇਖੋ ਕਿਵੇਂ ਤਮਾਸ਼ਾ ਹੋ ਰਿਹਾ ਹੈ। ਇੱਕ ਕੁੜੀ ਉੱਚੀ ਉੱਚੀ ਰੌਲਾ ਪਾ ਰਹੀ ਹੈ, ਆਪਣੇ ਪਾਪਾ ਨੂੰ ਬਚਾਉਣ ਦੀ ਪੂਰੀ ਤਰੀਕੇ ਦੇ ਨਾਲ ਕੋਸ਼ਿਸ਼ ਕਰ ਰਹੀ ਹੈ। ਇਸ ਕੁੜੀ ਦੇ ਵੱਲੋਂ ਵੀਡੀਓ ਵੀ ਬਣਾਈ ਗਈ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਨਿਹੰਗ ਸਿੰਘ ਅਤੇ ਉਸ ਦੇ ਨਾਲ ਇੱਕ ਹੋਰ ਸ਼ਖਸ ਇੱਕ ਦੂਜੇ ਸ਼ਖਸ ਦੀ ਕੁੱਟਮਾਰ ਕਰ ਰਹੇ ਨੇ। ਘਰ ਦੇ ਵਿੱਚ ਵੜ ਕੇ ਕੁੱਟਮਾਰ ਕੀਤੀ ਗਈ ਹੈ। ਗੱਡੀ ਦੇ ਵਿੱਚ ਬਹਿੰਦਾ ਹੋਇਆ ਇਹ ਸ਼ਖਸ, ਦੇਖੋ ਕੁੜੀ ਇਸ ਦੇ ਵੱਲ ਇਸ਼ਾਰਾ ਕਰਕੇ ਕਹਿ ਰਹੀ ਹੈ ਕਿ ਇਸਨੇ ਮੇਰੇ ਪਾਪਾ ਦੀ ਬਹੁਤ ਕੁੱਟਮਾਰ ਕੀਤੀ ਹੈ, ਮੇਰੇ ਪਾਪਾ ਨੂੰ ਬਹੁਤ ਮਾਰਿਆ ਇਸਨੇ। ਤਾਂ ਦੱਸ ਦਈਏ ਕਿ ਪ੍ਰੋਪਰਟੀ ਦਾ ਵਿਵਾਦ ਚੱਲਦਿਆਂ ਲੁਧਿਆਣਾ ਤੋਂ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਦੋ ਤਰ੍ਹਾਂ ਦੇ ਵਿਚਕਾਰ ਝਗੜਾ ਹੋਇਆ ਹੈ, ਜਿਸ ਤੋਂ ਬਾਅਦ ਇਹ ਵੀਡੀਓ ਕਾਫੀ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਕਿਉਂਕਿ ਇਸ ਵੀਡੀਓ ਦੇ ਵਿੱਚ ਇੱਕ ਕੁੜੀ ਚਿੱਕਾ ਮਾਰਦੀ ਹੋਈ ਸੁਣਾਈ ਦੇ ਰਹੀ ਹੈ, ਜੋ ਕਿ ਆਪਣੇ ਪਿਤਾ ਨੂੰ ਬਚਾਉਣ ਦੀ ਪੁਰਜ਼ੋਰ ਕੋਸ਼ਿਸ਼ ਦੇ ਵਿੱਚ ਲੱਗੀ ਹੋਈ ਹੈ, ਕਿਉਂਕਿ ਉਸਦੀ ਪਿਤਾ ਦੀ ਦੋ ਸ਼ਖਸ ਰਲ ਕੇ ਕੁੱਟਮਾਰ ਕਰ ਰਹੇ ਨੇ। ਤਾਂ ਦੇਖੋ ਇਹ ਤਸਵੀਰਾਂ ਜੋ ਲੁਧਿਆਣਾ ਦੇ ਮਰਾਡੋ ਚੌਂਕੀ ਅਧੀਨ ਪੈਂਦੇ ਗੁਰੂ ਨਾਨਕ ਕਲੋਨੀ ਤੋਂ ਸਾਹਮਣੇ ਆ ਰਹੀਆਂ ਨੇ। ਅਮਰਜੀਤ ਸਿੰਘ, ਹਾਂਜੀ, ਇਹ ਸਾਡੇ ਘਰ ਆਏ ਨੇ, ਮਹੇਸ਼ਿੰਦਰ ਸਿੰਘ ਜੀ ਨਾਲ ਆਪਣੇ ਨਿਹੰਗ ਸਿੰਘ ਲੈ ਕੇ ਆਏ, ਨਾਲ ਉਹਦੀ ਮਿਸਿਜ ਸੀਗੀ ਜੀ। ਆ ਕੇ ਸਾਡੇ ਨਾਲ ਬਹੁਤ ਭਾਰਾ ਧੱਕਾ ਕੀਤਾ ਸਰ ਇਹਨਾਂ ਨੇ, ਆ ਕੇ ਧੱਕੇ ਮਾਰੇ, ਸਾਡੇ ਮੋਬਾਈਲ ਖੋਏ, ਮੇਰੀ ਕੁੜੀ ਦਾ ਵੀ ਹੱਥੋਂ ਪਾਈ ਹੋਇਆ, ਮੇਰੀ ਘਰ ਵਾਲੇ ਦੇ ਵੀ ਹੱਥੋਂ ਪਾਏ ਹੋਇਆ। ਸਰ ਇਹਨਾਂ ਨੂੰ ਲੱਠ ਪਾਈ ਜਾਵੇ ਸਾਰੇ ਮੇਰੇ ਇਹਨਾਂ ਦੇ। ਇਹ ਮਾਮਲਾ ਕੀ ਹੈ, ਕਿਉਂ ਹੋਇਆ ਸਰ? ਇਹ ਮਾਮਲਾ ਸਰ ਇੱਦਾਂ ਹੋਇਆ, ਅਸੀਂ ਇਹਨਾਂ ਨੇ ਰਜਿਸਟਰੀ ਕਰਾਈ ਸੀ, ਸਭ ਕੁਝ ਕੀਤਾ ਸੀਗਾ, ਕਹਿੰਦਾ ਮੈਂ ਜੇ ਕਬਜ਼ਾ ਲਵਾਂਗਾ ਤੇਰੇ ਮੈਂ ਡਬਲ ਪੈਸੇ ਲਿਖਾਂਗਾ। ਸਰ ਮੈਂ ਇਹਨਾਂ ਤੋਂ ਪਹਿਲਾਂ ਮੈਂ ਐਪਲੀਸ਼ਨ ਕਮਿਸ਼ਨਰ ਸਾਹਿਬ ਦੇ, CMC ਸਾਹਿਬ ਦੇ, ਆਪਣੇ ਸਰ ਆਪਣੇ ਕ੍ਰਾਈਮ ਬ੍ਰਾਂਚ ਦੇ ਐਪਲੀਸ਼ਨਾਂ ਮੇਰੇ ਦਿੱਤੀਆਂ, ਜਿਹਦੇ 'ਚ ਮੈਨੂੰ ਮੈਸੇਜ ਮੇਰੇ ਮੋਬਾਈਲ 'ਤੇ ਆਇਆ ਹੋਇਆ। ਸਰ ਚਾਹ ਕੇ ਮੇਰੇ ਮੋਬਾਈਲ 'ਤੇ ਚੈੱਕ ਕਰਨ, ਇਹਨਾਂ ਨੇ ਧੱਕੇ ਨਾਲ ਮੇਰਾ ਮੋਬਾਈਲ ਖੋਲਿਆ। ਖੋਣ ਤੋਂ ਬਾਅਦ ਇਹ ਕਹਿੰਦਾ ਤੁਹਾਨੂੰ ਦੇਖ ਲਾਂਗੇ, ਤੇਰੀ ਬਦਮਾਸ਼ੀ ਚੈੱਕ ਕਰਾਂਗੇ, ਜੇ ਕਰਾਂਗੇ, ਕਿਸੇ ਦੇ ਘਰ ਆ ਕੇ ਧੱਕਾ ਮਾਰਨ, ਮੇਰੀ ਘਰ ਨੇ ਮਾਰਨ। ਤੇਰੇ ਆ ਕੇ ਵਾਰੀ ਦੇ ਇਹਨਾਂ ਦੇ ਸੱਚੇ ਪਾਤਸ਼ਾਹ ਜੀ, ਇਹਨਾਂ ਨੇ ਵਾਰੀ ਆ ਕੇ ਕਹਿੰਦਾ ਵੀ ਤੇਰੇ ਕਾਗਜ਼ ਪੱਤਰ ਸਾਰੇ ਕਿੱਥੇ ਆ? ਫਿਰ ਆ ਕੇ ਸਾਰੇ ਘਰ ਖਲੇਰਤਾ ਜੀ ਇਹਨਾਂ ਨੇ, ਕਹਿੰਦਾ ਮੈਂ ਤਾਲਾ ਲਾ ਕੇ ਆ ਡੁਪਲੀਕੇਟ ਤਾਲਾ ਲਾ ਕੇ ਤੋੜ ਕੇ ਤੇਰੇ 'ਤੇ ਮੈਂ ਪਰਚਾ ਕਰਾਊਂਗਾ ਜੀ। ਇਹ ਦੇਖੋ ਸਰ, ਮੈਂ ਸਾਰਾ ਕੁਛ ਲਿਖਾਇਆ ਐਪਲੀਕੇਸ਼ਨ 'ਚ, ਅੱਜ ਨਹੀਂ ਮੈਂ ਐਪਲੀਕੇਸ਼ਨ ਲਿਖੀ ਸਰ, ਆਹ ਦੇਖ ਲਓ, ਉਸ ਤੋਂ ਪਹਿਲਾਂ ਮੇਰੀਆਂ ਐਪਲੀਕੇਸ਼ਨਾਂ ਸਾਰੀਆਂ ਗਈਆਂ ਹੋਈਆਂ ਸਰ, ਮੈਂ ਤੁਹਾਨੂੰ ਪ੍ਰੂਫ ਵੀ ਦੇ ਦੂੰਗਾ ਜਿਹੜੀ ਮੇਰੀ ਐਪਲੀਕੇਸ਼ਨਾਂ ਗਈਆਂ ਸਰ। ਇਹ ਲੜਾਈ ਕਿਉਂ ਹੋਈ ਹੈ? ਲੜਾਈ ਸਰ, ਇਹ ਲੜਾਈ ਹੋਈ, ਸਾਡੇ ਪੈਸੇ ਪੂਸੇ ਨਹੀਂ ਦਿੰਦਾ ਸੀਗਾ। ਕਿਹੜੀ ਕਿਸ ਗੱਲ ਦੇ ਪੈਸੇ? ਕਹਿੰਦਾ ਜੀ ਮੈਂ ਇੱਕ ਪਾਸੇ ਨਹੀਂ ਦਿੰਦਾ, ਇਹਨਾਂ ਨੇ ਜਿਹੜੀਆਂ ਰਿਸ਼ਤੀ ਦੇ ਵਿੱਚ ਇਹਨਾਂ ਦੀ ਘਰਵਾਲੀ ਦਾ ਨਾਂ ਜਿਹੜਾ ਹੈਗਾ, ਇਹਦੇ ਘਰਵਾਲੀ ਦੇ ਨਾਂ ਰਿਸ਼ਤੀ ਬੋਲਦੀ ਹੈ ਜੀ, ਅਤੇ ਇੱਕ ਇਹਨਾਂ ਨੇ ਲੇਡੀ ਹੋਰ ਖੜੀ ਕੀਤੀ ਹੈ, ਉਹ ਮਤਲਬ ਕਿ ਖੜੀ ਕੀਤੀ ਹੈ, ਉਹ ਆਪਣੇ ਵਿਜਿੰਦਰ ਕੌਰ ਜੀ ਬਣਾ ਕੇ ਕਹਿੰਦਾ ਜੀ ਮੈਂ ਲੋਨ ਪਾਸ ਕਰਾ ਕੇ ਤੈਨੂੰ ਮੈਂ ਇੱਕ ਮਿੰਟ 'ਚ ਬਾਹਰ ਕੱਢ ਦਾਂਗਾ ਜੀ। ਸਹੀ ਗੱਲ, ਇਹ ਇੱਕ ਮਿੰਟ 'ਚ ਬਾਹਰ ਕੱਢ ਦਾਂਗਾ ਤੇਰੇ ਵਰਗੇ। ਕਹਿੰਦਾ ਮੈਂ ਇੰਨੀਆਂ ਕੋਠੀਆਂ ਖਾਲੀ ਕਰਾ ਲਈਆਂ ਜੀ, ਕਹਿੰਦਾ ਮੈਂ ਘੱਟੋ ਘੱਟ ਮੈਂ ਇੱਕ ਲੁਧਿਆਣਾ ਪੂਰਾ ਮੈਂ ਖਰੀਦਿਆ ਜੀ ਇਸੇ ਤਰ੍ਹਾਂ। ਕੀ ਨਾਮ ਹੈ ਜੀ ਮੇਰੇ? ਕੀ ਨਾਮ ਹੈ ਇਹਨਾਂ ਦਾ? ਇਹ ਮਹੇਸ਼ਿੰਦਰ ਸਿੰਘ ਜੀ ਨੇ, ਇਹ ਐਡਵੋਕੇਟ ਵੀ ਦੱਸਦਾ, ਆਪਣੇ ਉਹਨੂੰ ਜੱਜ ਵੀ ਦੱਸਦਾ ਸਰ। ਕੀ ਮੰਗ ਕਰਦੇ ਹੋ? ਹਾਂਜੀ, ਮੰਗ ਅਸੀਂ ਸਰ ਇਹ ਕਰਦੇ ਹਾਂ, ਮਤਲਬ ਕਿ ਸਾਡੇ ਹੁਣ ਅਸੀਂ ਫੈਸਲਾ ਨਹੀਂ ਕਰਨਾ, ਨਾ ਅਸੀਂ ਕਬਜ਼ਾ ਛੱਡਣਾ, ਹੁਣ ਮਾਮਲਾ ਕੋਰਟ 'ਚ ਜਾਊਗਾ ਸਰ। ਇਹ ਧੱਕੇ ਨਾਲ ਸਾਡੇ ਬਹੁਤ ਜ਼ਿਆਦਾ ਧੱਕਾ ਕੀਤਾ, ਜਾਤੀ ਕੀਤੀ ਹੈ ਸਰ। ਸਰ ਇੱਦਾਂ ਕਿੱਦਾਂ ਧੱਕਾ ਆ ਕੇ ਸਾਡੇ ਨਾਲ ਕਰਨਾ? ਸਾਡੇ ਮੋਬਾਈਲ ਖੋਏ ਆ, ਹੋਰ ਵੀ ਸਾਡਾ ਇੱਕ ਮੋਬਾਈਲ ਸੀਗਾ, ਉਹ ਨਹੀਂ ਪਤਾ ਚੱਲ ਰਿਹਾ ਸਰ ਮੈਨੂੰ ਕਿੱਥੇ ਆ। ਇੱਕ ਮੋਬਾਈਲ ਇਹਨਾਂ ਦੇ ਕੋਲ ਹੈ, ਜੇਬ ਵਿੱਚ ਹੈ ਜੀ, ਨਾਲੇ ਨਿਹੰਗ ਸਿੰਘ ਲੈ ਕੇ ਆਇਆ, ਇਹ ਸਾਨੂੰ ਮਾਰਨ ਫਿਰਦਾ, ਕਹਿੰਦਾ ਮੈਂ ਕਿਰਪਾਨ ਖੜ ਕੇ ਤੈਨੂੰ ਵੱਢ ਕੇ ਮਾਰੂੰ, ਤੇਰਾ ਗੱਲ ਲਾ ਦੂੰਗਾ ਜੀ। ਸਹੀ ਗੱਲ ਆ, ਆਹ ਦੇਖੋ ਨਿਹੰਗ ਸਿੰਘ ਕੋਲ ਹੀ ਬੈਠਾ ਜੀ। ਸਹੀ ਗੱਲ ਆ, ਠੀਕ ਹੈ।